ਜੀ ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਸਲਾਮ ਅਲੈਕੁਮ ਮੇਰੇ ਪਿਆਰੇ ਭੈਣਾਂ ਭਾਈਓ ਕੀ ਹਾਲ ਨੇ ਤੁਹਾਡੇ ਮੈਂ ਕਰਨੀਆਂ ਠੀਕ ਹੋ ਸੋ ਅਲਹਮਦੁਲਿਲਾ ਅਸੀਂ ਵੀ ਠੀਕ ਠਾਕ ਹਾਂ ਹੱਸਦੇ ਰਹੋ ਵਸਦੇ ਰਹੋ ਜਿੱਥੇ ਵੀ ਰਹੋ ਖੁਸ਼ ਰਹੋ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ ਆਬਾਦ ਰੱਖੇ ਅਤੇ ਅੱਜ ਦਾ ਵੀ ਲੋਕ ਕਰੀਏ ਸ਼ੁਰੂ ਅਤੇ ਸਾਰੇ ਭੈਣਾਂ ਭਾਈਆਂ ਵਾਸਤੇ ਦੁਆ ਹੈ ਅੱਲਾਹ ਪਾਕ ਹਰ ਮੁਸਲਮਾਨ ਨੂੰ ਹਿਫਾਜ਼ਤ 'ਚ ਰੱਖੇ ਇਸ ਤੋਂ ਇਮਾਨ 'ਚ ਰੱਖੇ ਅੱਲਾਹ ਪਾਕ ਹਰ ਜਿਹੜਾ ਨਾ ਬੇਰੁਜ਼ਗਾਰ ਹੈ ਅੱਲਾਹ ਪਾਕ ਹਰ ਦੇ ਹਾਂਜੀ ਅਤੇ ਜਿਹੜਾ ਨਾ ਅੱਬੂ ਦੇ ਅਫਸੋਸ ਵਾਸਤੇ ਆਇਆ ਮਹਿਮਾਨ ਅਤੇ ਮੈਂ ਤਾਂ ਚਲੋ ਉਹ ਬੋਤਲ ਉਹਨਾਂ ਕੋਲ ਪੁੱਛਿਆ ਹੀ ਹੈ ਤਾਂ ਗਰਮੀ ਬਾਰੇ ਉਹਨਾਂ ਕਹਿੰਦਾ ਨਹੀਂ ਬਾਜੀ ਅਸੀਂ ਬੋਤਲ ਨਹੀਂ ਪੀਂਦੇ ਮੈਂ ਕਿਹਾ ਚਲੋ ਮੁੜ ਤੁਸੀਂ ਚਾਹ ਪੀ ਲਿਓ ਕਿਉਂਕਿ ਨਾ ਤਕਰੀਬਨ 3 ਦਾ ਟਾਈਮ ਹੈ ਅਤੇ ਮੈਂ ਕਿਹਾ ਚਾਹ ਹੀ ਬਣਾ ਲਵੀ ਹੈ ਅਤੇ ਖਾਲੀ ਤਾਂ ਨਹੀਂ ਨਾ ਜਾਵਣ ਦੇਣਾ ਕੋਈ ਵੀ ਆਵੇ ਭੈਣ ਭਾਈ ਤਾਂ ਜਿਹੜਾ ਨਾ ਚਾਹ ਪਾਣੀ ਤੂੰ ਖਾਲੀ ਨਹੀਂ ਜਾਵਣ ਦਿੰਦਾ ਅੱਲਾਹ ਪਾਕ ਜਿਹੜਾ ਨਾ ਖੁਸ਼ ਹੁੰਦਾ ਹੈ ਘਰ 'ਚ ਮਹਿਮਾਨ ਆਵੇ ਤਾਂ ਅੱਲਾਹ ਦੀ ਰਹਿਮਤ ਹੁੰਦੀ ਹੈ ਮੁੜ ਵੀ ਉਹ ਸਾਡੇ ਅੱਬੂ ਦੇ ਅਫਸੋਸ ਵਾਸਤੇ ਆਏ ਨੇ ਚਾਹ ਬਣਾ ਰਹੀਆਂ ਉਹਨਾਂ ਵਾਸਤੇ ਦੋ ਜਣੇ ਹੈਨ ਅਤੇ ਮੀਆਂ ਬੀਵੀ ਹੈਨ ਤਾਂ ਉਹਨਾਂ ਵਾਸਤੇ ਚਾਹ ਬਣਾ ਰਹੀਆਂ ਅਤੇ ਮੋਬਾਈਲ ਜਿਹੜਾ ਹੈ ਨਾ ਮੇਰਾ ਖਰਾਬ ਹੋਇਆ ਬੰਦਾ ਹੈ ਥੋੜ੍ਹਾ ਜਿਹਾ ਨਾ ਰਿਜ਼ਲਟ ਵੀ ਨਹੀਂ ਆਉਂਦਾ ਸਹੀ ਆ ਰਿਹਾ ਆਵਾਜ਼ ਹੀ ਨਹੀਂ ਸਹੀ ਆ ਰਹੀ ਹੈ ਅਤੇ ਮੈਂ ਕਿਹਾ ਵੀ ਭੈਣਾਂ ਭਾਈਆਂ ਦੱਸ ਦੇਵਾਂ ਵੀ ਆਖੇ ਨਾ ਤੂੰ ਮੋਬਾਈਲ ਦਾ ਰਿਜ਼ਲਟ ਨਹੀਂ ਹੈ ਪਤਾ ਨਹੀਂ ਬੈੱਡ 'ਤੇ ਪਿਆ ਹੱਥ ਉੱਤੇ ਸੋਫੀਆ ਜਿਹੜੀ ਹੈ ਨਾ ਜਾ ਅਤੇ ਨਾ ਉਹਦੇ ਉੱਤੇ ਜੰਪਿੰਗ ਕਰਨ ਲੱਗ ਗਈ ਤਾਂ ਪੈਰ ਥੱਲੇ ਆ ਗਿਆ ਪਤਾ ਨਹੀਂ ਹੁਣ ਮੋਬਾਈਲ ਦੀ ਸਕਰੀਨ ਖਰਾਬ ਹੋ ਗਈ ਜਾਂ ਉਹ ਜਿਹੜਾ ਕਿ ਸਕਰੀਨ ਹੀ ਖਰਾਬ ਹੋ ਗਈ ਉਹ ਨਵੀਂ ਪੁੱਪ ਸੀ ਉਹਨਾਂ ਉਹਦੇ ਵਿੱਚ ਕੋਈ ਚਾਰਾ ਨਹੀਂ ਲੱਗ ਸਕਦਾ ਹਾਂਜੀ ਅਤੇ ਜਿਹੜਾ ਹੈ ਨਾ ਮੈਂ ਹੁਣ ਇਮਰਾਨ ਹੋਰੀ ਗਏ ਹਾਂ ਅਤੇ ਇਮਰਾਨ ਹੋਰੀ ਮੈਨੂੰ ਲੈ ਕੇ ਆ ਗਏ ਨੇ ਘਰ ਅਤੇ ਘਰ ਆਏ ਹਨ ਮਹਿਮਾਨ ਅੱਬੂ ਦੀ ਵਜ੍ਹਾ ਤੋਂ ਨਾ ਜਿਹੜਾ ਹੈ ਨਾ ਉਦੋਂ ਜਿਹੜੀ ਮੇਰੀ ਦਰਾਣੀ ਹੈ ਨਾ ਉਹਨਾਂ ਦੇ ਰਿਸ਼ਤੇਦਾਰ ਹਨ ਅਤੇ ਕੋਈ ਇਮਰਾਨ ਹੋਰਾਂ ਦੀ ਮਸੇਰ ਆਏ ਅਤੇ ਕੋਈ ਸਾਡੇ ਸਾਰੇ ਰਿਸ਼ਤੇਦਾਰ ਹਨ ਕਿਉਂਕਿ ਮੈਂ ਨਾ ਜਦੋਂ ਦੇ ਅੱਬੂ ਫੋਤ ਹੋਏ ਨੇ ਮੈਂ ਘਰ ਕੋਈ ਨਹੀਂ ਆਈ ਹਾਂ ਅਤੇ ਉਹ ਇੱਥੇ ਅਫਸੋਸ ਵਾਸਤੇ ਆਏ ਨੇ ਅਤੇ ਉਹਨਾਂ ਜਿਹੜਾ ਹੈ ਨਾ ਇਮਰਾਨ ਆਖਿਆ ਵੀ ਚਲੋ ਅਫਸੋਸ ਵਾਸਤੇ ਆਏ ਨੇ ਮੈਂ ਲਾ ਲੈਂਦਾ ਹੁਣ ਮੈਂ ਜਿਹੜਾ ਨਾ ਉੱਤੇ ਚਾਹ ਰੱਖੀ ਅੱਗੇ ਬੋਤਲ ਮੰਗਾਈ ਹੈ ਤਾਂ ਉਹਨਾਂ ਨੂੰ ਬੋਤਲ ਪਿਵਾਈ ਹੈ ਤਾਂ ਹੁਣ ਜਿਹੜਾ ਨੂੰ ਉੱਤੇ ਚਾਹ ਰੱਖੀ ਹੈ ਅਤੇ ਚਾਹ ਹੁਣ ਮੈਂ ਪਕਾਉਂਦੀ ਪਈ ਹਾਂ ਪੱਕ ਜਾਂਦੀ ਹੈ ਤਾਂ ਆਊ ਤਾਂ ਮੈਂ ਕੋਈ ਨਹੀਂ ਅਸ ਮੇਰਾ ਦਿਲ ਤਾਂ ਨਹੀਂ ਕਰਦਾ ਪਿਆ ਹਾਂ ਮੈਂ ਕਿਹਾ ਵੀ ਇਹ ਘਰੀ ਮੈਂ ਭੈਣ ਕੋਲ ਹੀ ਰਸ ਹਾਂ ਕਿਉਂਕਿ ਅਗਾਂਹ ਕਿਹੜਾ ਹੈ ਵੀ ਉੱਥੇ ਹੁੰਦੇ ਭੈਣਾਂ ਵੀ ਰਾਹ ਹੋਰ ਕੋਈ ਬੈਠੇ ਨੇ ਮੁੜ ਮਹਿਮਾਨਾਂ ਦੀ ਵਜ੍ਹਾ ਤੋਂ ਮਹਿਮਾਨ ਇੰਨਾ ਸਫ਼ਰ ਕਰਕੇ ਆਏ ਨੇ ਬਹੁਤ ਸਫ਼ਰ ਕਰਕੇ ਆਏ ਨੇ ਅਤੇ ਮੈਂ ਕਿਹਾ ਜਾਂਦੀ ਹਾਂ ਘਰ ਅਤੇ ਹੁਣ ਆ ਘੰਟਾ ਦੋ ਇੱਥੇ ਹੀ ਰਸ ਆ ਜਦੋਂ ਮਹਿਮਾਨ ਚਲੇ ਗਏ ਉਦੋਂ ਮੈਂ ਹੀ ਚਲੀ ਬਸ ਚੀਨੀ ਵਾਲਾ ਦੁੱਧ ਪੀਣਾ ਆਮਨਾ ਖੰਡ ਵਾਲਾ ਦੁੱਧ ਲੈਣਾ ਹੀ ਮੈਂ ਮਾਨਾ ਦਾ ਬੱਚਾ ਜਿਹੜਾ ਨਾ ਦੁੱਧ ਪੀਂਦਾ ਮੈਂ ਕਿ ਪਹਿਲੇ ਦੁੱਧ ਉਬਾਲ ਕੇ ਕੱਢ ਲਈ ਸਾਂ ਉਸ ਤੋਂ ਬਾਅਦ ਜਿਹੜਾ ਨਾ ਥੋੜ੍ਹਾ ਜਿਹਾ ਉਹਨਾਂ ਨੂੰ ਪੀੜਾ ਵਿੱਚ ਦੁੱਧ ਬੱਚੇ ਨੂੰ ਦੇ ਸਾਂ ਅਤੇ ਬਾਅਦ ਵਿੱਚ ਜਿਹੜਾ ਨਾ ਥੋੜ੍ਹਾ ਜਿਹਾ ਵਿੱਚ ਪਾਣੀ ਪਾ ਕੇ ਅਤੇ ਚਾਹ ਤਿਆਰ ਹੋ ਗਿਆ ਸੀ